ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਜੀ ਵੀਅਰਸ ਪਿਓ ਪੁੱਤ ਅੱਜ ਫਿਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲ ਹਾਜ਼ਰ ਨੇ ਆਈ ਹੋਪ ਯੂ ਆਰ ਆਲ ਹੈਵਿੰਗ ਅ ਵੰਡਰਫੁਲ ਡੇ ਤੇ ਸਾਡਾ ਪਿਓ ਪੁੱਤ ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਐਸ ਮੁਹੱਬਤ ਭਰੇ ਰਿਸ਼ਤੇ ਦੇ ਨਾਲ ਹੋਰ ਵੀ ਦੁਨੀਆ ਪਿਓ ਪੁੱਤ ਜਿਹੜੇ ਨੇ ਆਪਸ ਵਿੱਚ ਦੋਸਤੀਆਂ ਕਰਨ ਅਤੇ ਆਪਸ ਦੇ ਨਾਲ ਇੱਕ ਦੂਸਰੇ ਕੋਲੋਂ ਆਪਣੇ ਜਨਰੇਸ਼ਨਾਂ ਦੋਵੇਂ ਮਾਮਲਾਤ ਨੂੰ ਸ਼ੇਅਰ ਕਰਨ ਅਤੇ ਜਨਾਬ ਪੰਜਾਬ ਅੰਗਰੇਜ਼ ਜਾਣ ਵਾਲੇ ਵੰਡ ਗਿਆ ਦੋ ਹਿੱਸਿਆਂ 'ਚ ਕਰ ਗਿਆ ਇੰਡੀਆ ਅਤੇ ਪਾਕਿਸਤਾਨ ਇਹਨਾਂ ਦੋਵਾਂ ਦੇ ਵਿੱਚ ਪੰਜਾਬ ਦੀ ਵੰਡ ਕਰ ਗਿਆ ਕੋਈ ਗੱਲ ਨਹੀਂ ਜਿਹੜੀ ਚੀਜ਼ ਹੋ ਗਈ ਅਸੀਂ ਇੱਕ ਅੱਛੇ ਹਮਸਾਇਆਂ ਤਰ੍ਹਾਂ ਇੱਕ ਦੂਸਰੇ ਦੇ ਨਾਲ ਰਹਿੰਦੇ ਹਾਂ ਇੱਕ ਦੂਸਰੇ ਵਾਸਤੇ ਪਿਆਰ ਅਤੇ ਜਜ਼ਬਾਤ ਰੱਖਦੇ ਹਾਂ ਅਤੇ ਇੱਕ ਦੂਸਰੇ ਦੀ ਇੱਜ਼ਤ ਕਰਨੇ ਆਨਰ ਕਰਨੇ ਹਾਂ ਲੇਕਿਨ ਪੰਜਾਬ ਦੇ ਦੋਵਾਂ ਹਿੱਸਿਆਂ ਨੂੰ ਅਗਰ ਦੇਖਿਆ ਜਾਵੇ ਤਾਂ ਦੋਵਾਂ ਦੇ ਖੁਆਇਸ਼ ਹੁੰਦੀ ਹੈ ਕਿ ਯਾਰ ਉੱਧਰ ਦਾ ਪੰਜਾਬ ਹੁਣ ਕਿੱਦਾਂ ਦਾ ਅਤੇ ਇੱਥੋਂ ਦਾ ਪੰਜਾਬ ਹੁਣ ਕਿਸ ਤਰ੍ਹਾਂ ਦਾ ਅਤੇ ਮੈਂ ਕਿੱਦਾਂ ਅਤੇ ਕਿਸ ਤਰ੍ਹਾਂ ਇਸ ਵਾਸਤੇ ਕਿਹਾ ਕਿ ਦੋਵਾਂ ਦੇ ਸਟਾਈਲ 'ਚ ਫਰਕ ਹੈ ਅਸੀਂ ਲਾਹੌਰ 'ਚ ਕਿਸ ਤਰ੍ਹਾਂ ਦਾ ਅਤੇ ਉੱਥੇ ਕਿੱਦਾਂ ਦਾ ਅਤੇ ਇਹਨਾਂ ਦੋਵਾਂ ਨੂੰ ਦੇਖਦੇ ਹਾਂ ਜੀ ਅੱਜ ਕੇ ਹਮ ਵੀਡੀਓ ਦੇਖਣੇ ਲਗੇ ਸਟਾਰਟ ਕਰਤੇ ਹੈ ਤੋ ਜੀ ਜਨਾਬ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਆ ਰੈਡੀ 1 2 3 ਪਾਕਿਸਤਾਨ ਪੰਜਾਬ ਵਰਸਸ ਇੰਡੀਆ ਪੰਜਾਬ also subscribe to his channel as well he makes awesome content as well ਤਾਂ ਆਪ ਕੋ ਮਿਲ ਸਕੇ ਇਹਨਾਂ ਨਾਲ ਵਾਲੀ ਵੀਡੀਓਸ ਤੇ ਸਾਡਾ ਵੀ ਕਰਨਾ ਚੈਨਲ ਪਹਿਲੇ ਪੰਜਾਬ ਇੰਡੀਆ ਬਣਿਆ ਲੋ ਜੀ 31 ਮਿਲੀਅਨ ਆਬਾਦੀ ਹੈ ਤੇ 50,362 ਕਿਲੋਮੀਟਰ ਲੈਂਡ ਏਰੀਆ ਜੇ ਇੰਡੀਆ ਪੰਜਾਬ ਦਾ That's a really great literacy rate actually. 75% is bad. This is bad. Islam third number. Yeah. Bhangra te Gita. Chandigarh capital. ਅੰਮ੍ਰਿਤਸਰ ਲਾਹੌਰ ਦਾ ਹਮਸਾਇਆ ਲੁਧਿਆਣਾ ਪਟਿਆਲਾ ਨਾਮ ਪਹਿਲੀ ਦਫ਼ਾ ਸੁਣਿਆ ਸਸਨਗਰ ਸਸਨਗਰ ਹੈ ਪਤਾ ਨਹੀਂ ਕੀ ਹੈ ਕਿਸੇ ਦਾ ਨਾਂ ਜਾਂ ਤਾਂ ਚੇਂਜ ਹੋਇਆ ਵੀਰ ਸਾਨੂੰ ਦੱਸਣਾ ਹੈ ਸਸਨਗਰ ਕਿਹੜਾ ਹਲਵਾ ਪੂਰੀ ਤੇ ਛੋਲੇ ਖਾਧੇ ਨੇ ਕਰਮਾ ਪ੍ਰਸਾਦ ਲੱਸੀ ਜਿੰਦਾਬਾਦ ਮਾਈ ਫੇਵਰੇਟ ਦੇਖ ਕੇ ਮੂੰਹ ਮੇਂ ਪਾਣੀ ਆਣੇ ਲੱਗ ਗਿਆ ਆ ਜੀ ਪਕੌੜਾ ਪਕੌੜੇ ਦੀ ਕੀ ਬਾਤ ਹੈ ਸਾਵਨ ਭਾਦੋਂ ਅੱਜ ਕੱਲ੍ਹ ਸਾਵਨ ਦੀ ਗਜ਼ਾ ਮਰਬੂ ਪਕੌੜਾ ਇੰਨੀਆਂ ਸਰਦੀਆਂ ਦੀ ਸੁਗਾਤ ਸਈਦ ਜਾਫਰੀ ਇਹ ਫਿਲਮ ਆਰਟਿਸਟ ਹੈ ਸੁਨੀਲ ਦਾ ਸੰਜੇ ਦਾ ਦਾ ਪਿਓ ਸੁਨੀਲ ਮਿੱਤਲ ਕਾਲਬਨ ਕੋਈ ਬਿਜ਼ਨਸਮੈਨ ਸਨੀ ਦੇਵਲ ਧਰਮਿੰਦਰ ਦਾ ਪੁੱਤਰ ਯਸ਼ ਚੋਪੜਾ ਗ੍ਰੇਟ ਡਾਇਰੈਕਟਰ ਅਕਸ਼ੈ ਕੁਮਾਰ ਵੀ ਵਹੀ ਪਈ ਹੈ ਹਾਂਜੀ ਹਾਂਜੀ ਗ੍ਰੇਟ ਵਿਲਨ ਅੱਛਾ ਦੇਵਾਨੰਦ ਸਾਹਿਬ ਦੀ ਵੀ ਪਦਾਇਸ਼ ਜਿਹੜੀ ਹੈ ਪੰਜਾਬ ਦੀ ਧਰਮਿੰਦਰ ਐਂਗਰੀ ਯੰਗ ਮੈਨ
yo honey saying yeah. Jitinder is a fan of this. Kapil Sharma show. Ji assi te fan aan di ade. Yeah, legendary Mohammad Rafi saab. Salute ji. Wagha border. Wonderland Jalandhar. Akal takht. ये कौन सा फोर्ट है? गोविंद नाथ फोर्ट, गोल्डन टेंपल अमृतसर, ऐ जलियांवाला बाग, जिसे बहुत बड़ा सानिया होया सी, जनरल डायर ने बेगुनाह लोगों को मारिया सी, एदा ही बदला भगत सिंह ने लिया सी उते, उन्हें अदालत की गोली मारी सी। पाकिस्तान आ गया। हमारी पॉपुलेशन कितनी ज्यादा है? That's a lot. Almost the same. सिखिज्म क्यों नहीं दिखाया? सिख कहते बहुत ना कोई पंजाब में भंगड़ा तो लूटी डेरा गाजी खान गुजरांवाला Islamabad, capital of Pakistan. Sargodha, Rawalpindi. Sargodha, Shahjahanpur. So bura. Look how many districts we have. Much better than India. Much better. शालामार बाग लाहौर लाहौर ग्रेट साइंटिस्ट अब्दुल सलाम शायर मशरक लामा इकबाल ये है जी भगत सिंह शहीद जिन्होंने जनरल डायर को मारिया फैज अहमद फैज इब्ने इंशा ग्रेट नवाज शरीफ वाह जी वाह सुरा दी मलका नूरजहां Subscribe to their channel. I'm saying it again because they have a great channel.
ਜੀ ਅਸੀਂ ਇੰਡੀਆ ਅਤੇ ਪਾਕਿਸਤਾਨ ਜਿਹੜਾ ਵੰਡਿਆ ਪੰਜਾਬ ਹੈ ਉਹਦਾ 2019 'ਚ ਇੱਕ ਨਜ਼ਾਰਾ ਅੱਛੀ ਕਾਵਜ ਸੀ ਜਿਨ੍ਹਾਂ ਨੇ ਇਹ ਵੀਡੀਓ ਬਣਾਈ ਲੇਕਿਨ ਕੁਛ ਥੋੜ੍ਹੇ ਜਿਹੇ ਮਾਮਲਾਤ ਜਿਹੜੇ ਸੀ ਉਹ ਰਹਿ ਗਏ ਹਾਂ ਇਹਨਾਂ ਨੇ ਉਹ ਵੀ ਨਹੀਂ ਦਿਖਾਇਆ ਅਮਰਿੰਦਰ ਗਿੱਲ ਵਗੈਰਾ ਦਾ ਨਾਮ ਵੀ ਨਹੀਂ ਦਿਖਾਇਆ ਉਹ ਪੰਜਾਬ ਉਨਕਾ ਇਤਨੇ ਅੱਛੇ ਐਕਟਰ ਹੈ ਮਤਲਬ ਪੰਜਾਬ ਉਨਕੇ ਨਾਮ ਹੀ ਨਹੀਂ ਪੁੱਤਰ ਸਾਰਿਆਂ ਦੇ ਨਾਂ ਤਾਂ ਹੁਣ ਨਹੀਂ ਉਹ ਦੇ ਸਕਦੇ ਉਹਨਾਂ ਦੇ ਚੰਦ ਮਸ਼ਹੂਰ ਨਾਂ ਦੇਣੇ ਸੀ ਬਾਕੀ ਇਹ ਵੇ ਕਿ ਇਹਨਾਂ ਨੇ ਪਾਪੂਲੇਸ਼ਨ ਵਿੱਚ ਸਿੱਖ ਆਬਾਦੀ ਨਹੀਂ ਦਿਖਾਈ ਪੰਜਾਬ ਵਿੱਚ ਬਹੁਤ ਸਿੱਖ ਨੇ ਬਲਕਿ ਇੱਥੇ ਬੜਾ ਬਿਜ਼ਨਸ ਨੇ ਹਰ ਬਾਜ਼ਾਰ ਵਿੱਚ ਕੋਈ ਨਾ ਕੋਈ ਉਹਨਾਂ ਦੀ ਮੁਖਤਲਫ ਬਿਜ਼ਨਸਾਂ ਦੇ ਵਿੱਚ ਉਹਨਾਂ ਦੀਆਂ ਸ਼ੋਪਸ ਨੇ ਉਹ ਲਾਹੌਰ ਵਿੱਚ ਬੜੀਆਂ ਪਾਪੂਲਰ ਨੇ ਫਿਰ ਸਭ ਤੋਂ ਵੱਡੀ ਗੱਲ ਇਹ ਪੰਜਾਬ ਵਿੱਚ ਨਨਕਾਣਾ ਸਾਹਿਬ ਨਹੀਂ ਦਿਖਾਇਆ ਅਤੇ ਇਸ ਤਰ੍ਹਾਂ ਦੀ ਛੋਟੀ ਛੋਟੀ ਚੀਜ਼ਾਂ ਨੇ ਬਾਕੀ ਇਹ ਵੇ ਕਿ ਅਗਰ ਦੋਵਾਂ ਦੇ ਉੱਤੇ ਕੋਈ ਤਾਇਰਾਨਾ ਨਜ਼ਰ ਪਾਈਏ ਅਤੇ ਜਿਹੜਾ ਪਾਕਿਸਤਾਨ ਦੇ ਕੋਲ ਪੰਜਾਬ ਹੈ ਇਹ 36 ਜ਼ਿਲ੍ਹੇ ਨੇ ਅਤੇ ਉੱਥੇ ਜਿਹੜੇ ਨੇ 22 ਜ਼ਿਲ੍ਹੇ ਨੇ ਲੇਕਿਨ ਉਹਨਾਂ ਦੇ ਜ਼ਿਲ੍ਹੇ ਲੱਗਦਾ ਬਹੁਤ ਛੋਟੇ ਨੇ ਕਿਉਂਕਿ ਉਹਨਾਂ ਦੀ 50,000 ਅਤੇ ਕਿਲੋਮੀਟਰ ਸਾਰੀ ਮੁਹਿੱਤ ਹੈ ਪੰਜਾਬ ਸਾਡਾ ਜਿਹੜਾ 2,05,344 ਕਿਲੋਮੀਟਰ 'ਤੇ ਮੁਹਿੱਤ ਹੈ ਸਾਡੀ ਆਬਾਦੀ ਜਿਹੜੀ 11 ਕਰੋੜ ਹੈ ਉੱਥੇ ਆਬਾਦੀ 3 ਕਰੋੜ ਹੈ ਜਿਹਦੇ 'ਚ ਮੁਖਤਲਫ ਮਾਮਲਾਤ ਸਾਰੇ ਮਿਕਸ ਨੇ ਅਤੇ ਚਲੋ ਇਹ ਤਾਂ ਮੈਟਰ ਨਹੀਂ ਕਰਦਾ ਇੰਨਾ ਲੇਕਿਨ ਇਹ ਵੇ ਕਿ ਦੋਵਾਂ ਦੇ ਜਿਹੜੇ ਰਹਿਣ ਸਹਿਣ ਨੇ ਤਰਜ਼ ਜ਼ਿੰਦਗੀ ਹੈ ਦੋਵੇਂ ਤਕਰੀਬਨ ਮਿਲਦੇ ਜੁਲਦੇ ਨੇ ਪਤਾ ਨਹੀਂ ਲੱਗਦਾ ਕਿ ਦੋਵਾਂ 'ਚ ਕੋਈ ਫਰਕ ਹੈ ਭੰਗੜਾ ਉੱਧਰ ਵੀ ਥਾ ਭੰਗੜਾ ਇੱਧਰ ਵੀ ਹਾਂ ਉਹ ਇਤਨੇ ਡਿਸ਼ਿਸ ਸੇਮ ਟੂ ਸੇਮ ਤਕਰੀਬਨ ਗਿੱਧਾ ਅਤੇ ਲੁੱਡੀ ਮੇਰਾ ਹਾਲ ਲੁੱਡੀ ਉੱਥੇ ਵੀ ਪੈਂਦੀ ਹੋਣੀ ਹੈ ਅਤੇ ਇੱਥੇ ਵੀ ਇਲਾਕੇ ਜਿਹੜੇ ਖਾਸ ਦਿਹਾਤੀ ਇਲਾਕੇ ਨੇ ਉੱਥੋਂ ਦੀਆਂ ਜਿਹੜੇ ਔਰਤਾਂ ਦਾ ਡਾਂਸ ਹੈ ਗਿੱਧਾ ਹੈ ਅਤੇ ਭੰਗੜਾ ਮਰਦਾਂ ਦਾ ਡਾਂਸ ਹੈ ਸ਼ਹਿਰਾਂ ਦੀ ਅਗਰ ਜ਼ਿਕਰ ਕਰੀਏ ਤਾਂ ਉੱਥੇ ਅੰਮ੍ਰਿਤਸਰ ਹੈ ਬਠਿੰਡਾ ਜਲੰਧਰ ਲੁਧਿਆਣਾ ਪਟਿਆਲਾ ਅਤੇ ਇੱਥੇ ਲਾਹੌਰ ਗੁਜਰਾਂਵਾਲਾ ਆਪਣਾ ਪਿੰਡੀ ਫਿਰ ਇਸਲਾਮਾਬਾਦ ਲਾਹੌਰ ਤੋਂ ਹਾਂਜੀ ਫਿਰ ਸਭ ਤੋਂ ਵੱਡੀ ਗੱਲ ਕਿ ਪੰਜਾਬ ਨੂੰ ਇਹ ਖਸੂਸੀਅਤ ਜਿਹੜੀ ਪੰਜਾਬ ਪਾਕਿਸਤਾਨ ਦੇ ਕੋਲ ਪੰਜਾਬ ਹੈ ਉਹਦੇ ਕੋਲ ਇਹ ਖਸੂਸੀਅਤ ਹੈ ਕਿ ਇਹਦੇ 'ਚ ਜਿਹੜਾ ਆਪਣਾ ਦਾਰਲ ਹਕੂਮਤ ਨੈਸ਼ਨਲ ਹੈ ਉਹ ਇਸਲਾਮਾਬਾਦ ਉਹ ਵੀ ਪੰਜਾਬ ਵਿੱਚ ਹੈ ਅਤੇ ਜਿਹੜਾ ਸੂਬਾਈ ਦਾਰਲ ਹਕੂਮਤ ਹੈ ਲਾਹੌਰ ਜ਼ਾਹਿਰ ਉਹ ਵੀ ਪੰਜਾਬ ਵਿੱਚ ਹੈ ਅਤੇ ਇਸ ਤਰ੍ਹਾਂ ਮਿਲਦੇ ਜੁਲਦੇ ਖਾਣੇ ਵੀ ਨੇ ਉਹੀ ਖਾਣੇ ਨੇ ਯਾਰ ਲੱਸੀ ਪੀਤੇ ਬਗੈਰ ਪੰਜਾਬੀ ਉਹ ਵੀ ਨਹੀਂ ਰਹਿ ਸਕਦਾ ਅਤੇ ਬਾਕੀ ਹਲਵਾ ਪੂੜੀ ਗੋਲ ਗੱਪੇ ਗਾਜਰ ਦੇ ਹਲਵੇ ਅਤੇ ਪਾਵੇ ਸਵੇਰੇ ਨਾਸ਼ਤਿਆਂ 'ਚ ਇਹ ਪੰਜਾਬ ਦੀ ਖਸੂਸੀਅਤ ਨੇ ਅਤੇ ਇਹਨਾਂ ਨੇ ਅੱਛਾ ਦਿਖਾਇਆ ਅਤੇ ਹਾਂ ਇੱਥੇ ਦੇ ਜਿਹੜੇ ਉਹਨਾਂ ਨੇ ਸਾਡੀ ਸ਼ਖਸੀਅਤ ਦਿਖਾਈਆਂ ਜਿਹੜੀਆਂ ਪੰਜਾਬ ਦੀ ਉਹਦੇ ਸ਼ਾਇਰੇ ਮਸ਼ਰਕ ਇਲਾਮਾ ਇਕਬਾਲ ਸਾਹਿਬ ਫਿਰ ਆਪਣਾ ਸੁਰਾਂ ਦੀ ਮਲਕਾ ਮੈਡਮ ਨੂਰ ਜਾਂ ਅਤੇ ਸ਼ਖਸੀਅਤ ਅਤੇ ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਜਿਨ੍ਹਾਂ ਨੂੰ ਬੜਾ ਪਸੰਦ ਕਰਦੀ ਉੱਥੇ ਹਨੀ ਸਿੰਘ ਅਤੇ ਇੱਥੇ ਆਤਫ ਅਸਲਮ ਉਮੀਦ ਹੈ ਕਿ ਇਹ ਵੀ ਇੰਡੀਆ 'ਚ ਪਸੰਦ ਕੀਤੇ ਜਾਂਦੇ ਹੋਣਗੇ ਅਤੇ ਇੱਕ ਹੋਰ ਸ਼ਖਸੀਅਤ ਜਿਹੜੀ ਪਾਕਿਸਤਾਨ ਦੇ ਪੰਜਾਬ ਵਿੱਚ ਪੈਦਾ ਹੋਈ ਉਹ ਭਗਤ ਸਿੰਘ ਸਨ ਜਿਨ੍ਹਾਂ ਨੇ ਜਨਰਲ ਡਾਇਰ ਨੂੰ ਮਾਰਿਆ ਸੀ ਅਤੇ ਲੋ ਜੀ ਵੀਰ ਅੱਜ ਦੀ ਵੀਡੀਓ ਇਖਤਤਾਮ ਕਰਨੇ ਹਾਂ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਵੇ ਤਾਂ ਪਲੀਜ਼ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਰਨ ਕਰਕੇ ਮਿਲੇ ਅਤੇ ਲਾਈਕ ਜ਼ਰੂਰ ਕਰਨਾ ਅਤੇ ਆਪਣੇ ਫਰੈਂਡਸ ਫੈਮਿਲੀ ਦੇ ਨਾਲ ਸਾਡੀ ਵੀਡੀਓ ਸ਼ੇਅਰ ਕਰੋ ਜੀ ਅਹਿਮਦ ਸਾਹਿਬ ਸੋ ਆਪਕੋ ਅਗਲੀ ਵੀਡੀਓ ਮੇਂ ਮਿਲੇਂਗੇ ਤਬ ਤੱਕ ਕੇ ਲੀਏ ਅੱਲਾ ਹਾਫਿਜ਼ ਪੀਸ ਫੋਰ ਆਲ